ਨਗਰ ਕੌਂਸਲ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਸੀ ਸਾਰੇ ਜਾਣਦੇ ਆ ਤੇ ਉਹਨਾਂ ਚੋਣਾਂ ਦੇ ਲਈ ਹੁਣ ਉਮੀਦਵਾਰ ਵੀ ਨਿਤਰ ਕੇ ਮੈਦਾਨ ਦੇ ਵਿੱਚ ਆਣਾ ਸ਼ੁਰੂ ਹੋ ਗਏ ਨੇ ਨੋਮੀਨੇਸ਼ਨ ਪੇਪਰ ਫਾਈਲ ਹੋ ਰਹੇ ਨੇ ਤੇ ਜਲਦੀ ਇਹਨਾਂ ਨੂੰ ਸਿੰਬल्स ਵੀ ਮਿਲ ਜਾਣਗੇ ਤੇ ਬਹੁਤ ਸਾਰੇ ਅਜਿਹੇ ਉਮੀਦਵਾਰ ਨੇ ਜਿਹੜੇ ਪੁਰਾਣੇ ਮਿਊਸਪਲ ਕਮਿਸ਼ਨਰ ਨੇ ਤੇ ਦੁਬਾਰਾ ਫਿਰ ਚੋਣ ਲੜ ਰਹੇ ਨੇ ਲੇਕਿਨ ਕੁਝ ਨਵੇਂ ਚਿਹਰੇ ਨੇ ਜਿਹੜੇ ਇਸ ਵਾਰ ਆਪਣੀ ਕਿਸਮਤ ਅਜ਼ਮਾਣ ਜਾ ਰਹੇ ਨੇ ਹਰੇਕ ਵਾਰਡ ਦੀ ਆਪਣੀ ਸਮੱਸਿਆ ਹੈ ਹਰੇਕ ਵਾਰਡ ਦਾ ਆਪਣਾ ਹੱਲ ਹੈ ਹਰੇਕ ਸ਼ਹਿਰ ਦੀ ਆਪਣੀ ਸਮੱਸਿਆ ਹੈ ਹਰੇਕ ਸ਼ਹਿਰ ਦਾ ਆਪਣਾ ਹੱਲ ਹੈ ਲੇਕਿਨ ਜਿੱਥੇ ਅਨੰਦਪੁਰ ਸਾਹਬ ਨਗਰ ਕੌਂਸਲ ਦੀ ਗੱਲ ਹੁੰਦੀ ਹੈ ਉੱਥੇ ਵਾਰਡ ਨੰਬਰ 4 ਦਾ ਜ਼ਿਕਰ ਨਾ ਹੋਵੇ ਤਾਂ ਫਿਰ ਗੱਲ ਅਧੂਰੀ ਰਹਿੰਦੀ ਹੈ ਵਾਰਡ ਨੰਬਰ 4 ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਨੰਦਪੁਰ ਸਾਹਬ ਦੇ ਵਿੱਚ ਉਸੇ ਵਾਰਡ ਦੇ ਵਿੱਚ ਇੱਕ ਭਾਵੀ ਉਮੀਦਵਾਰ ਜਿਹੜੇ ਇਸ ਵਾਰ ਪਹਿਲੀ ਵਾਰ ਆਪਣੀ ਕਿਸਮਤ ਅਜਮਾਣ ਰਹੇ ਨੇ ਉਹ ਅੱਜ ਮੇਰੇ ਨਾਲ ਨੇ ਦਵਿੰਦਰ ਸਿੰਘ ਸ਼ਮੀ ਬਰਾੜੀ ਵਾਲਾ ਦੇ ਨਾਂ ਨਾਲ ਮਸ਼ਹੂਰ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਉਹ ਉਮੀਦਵਾਰੀ ਆਪਣੀ ਕਿਸ ਹੱਦ ਤੱਕ ਅੱਗੇ ਲੈ ਕੇ ਜਾਣਗੇ ਕਿਸ ਤਰ੍ਹਾਂ ਉਹ ਇਹ ਚੋਣ ਲੜਨਗੇ ਕੀ ਹੈ ਉਹਨਾਂ ਦਾ ਚੋਣ ਮੈਨੀਫੈਸਟੋ ਸਭ ਤੋਂ ਪਹਿਲਾਂ ਦਵਿੰਦਰ ਜੀ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਐਸਜੀਟੀਵੀ ਪ੍ਰਾਈਮ ਤੇ ਥੈਂਕ ਯੂ ਥੈਂਕ ਯੂ ਦੋਸਤੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਵੀ ਨਗਰ ਕੌਂਸਲ ਦੀਆਂ ਚੋਣਾਂ ਆਉਂਦੀਆਂ ਨੇ ਹਰੇਕ ਇਨਸਾਨ ਇਹ ਸੋਚਦਾ ਹੈ ਕਿ ਮੈਂ ਆਪਣੇ ਸ਼ਹਿਰ ਦੇ ਲਈ ਬਹੁਤ ਕੁਝ ਕਰਾਂ ਮਨ ਦੇ ਵਿੱਚ ਬੜਾ ਵਲਵਲੇ ਵੀ ਹੁੰਦੇ ਨੇ ਵੀ ਪਹਿਲਾਂ ਆ ਨਹੀਂ ਹੋਇਆ ਮੈਂ ਆ ਹੁੰਦਾ ਤਾਂ ਆ ਕਰ ਸਕਦਾ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਮੰਦੀਆਂ ਗੁੰਜਲਾਂ ਮੰਦੇ ਪੁਲਾਵੇ ਮੰਦੇ ਵਲਵਲੇ ਲੈ ਕੇ ਦਵਿੰਦਰ ਸਿੰਘ ਵੀ ਹੁਣ ਚੌਣ ਮੈਦਾਨ ਵਿੱਚ ਨਿਤਰੇ ਨੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਜੀ ਮੈਂ ਤੁਹਾਡੇ ਮੂੰਹ ਤੋਂ ਹੀ ਜਾਨਣਾ ਚਾਹਾਂਗਾ ਵੀ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਆਪਣੇ ਬਾਰੇ ਸੰਖੇਪ ਦੇ ਵਿੱਚ ਜ਼ਰੂਰ ਦੱਸੋ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਂ ਜੀ ਦਵਿੰਦਰ ਸਿੰਘ ਸ਼ੰਮੀ ਸੁਸ਼ਮੇਸ਼ ਅਕੈਡਮੀ ਰੋਡ ਸ਼੍ਰੀ ਅਨੰਦਪੁਰ ਸਾਹਿਬ ਵਾਰਨਬਰ 8 ਦਾ ਬਸਨੀਖਾ ਮੈਂ ਸ਼੍ਰੀ 64 ਨੰਬਰ 4 ਤੋਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਲਾਗੇ ਬਾੜ ਨੰਬਰ 4 ਤੋਂ ਆਪਣਾ ਚੋਣ ਲੜ ਰਿਹਾ ਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਹੁਤ ਵਧੀਆ ਗੱਲ ਹੈ ਕਿ ਤੁਸੀਂ 4 ਨੰਬਰ ਵਾਰਡ ਦੇ ਵਿੱਚ ਉਮੀਦਵਾਰੀ ਆਪਣੀ ਦਿਖਾ ਰਹੇ ਹੋ 8 ਵਾਰਡ ਕਿਉਂਕਿ ਜਿਹੜਾ ਸੀਗਾ ਉਹ BC ਰਿਜ਼ਰਵ ਸੀਗਾ ਤੁਹਾਡਾ ਆਪਣਾ ਵਾਰਡ ਸੀਗਾ ਲੇਕਿਨ ਤੁਸੀਂ 4 ਵਾਰਡ ਦੇ ਵਿੱਚ ਕੀ ਸੋਚ ਕੇ 4 ਵਾਰਡ ਦੇ ਵਿੱਚ ਗਏ ਮੈਂ ਅਨੰਤਪ੍ਰਸਾਦ ਸਾਹਿਬ ਦੀ ਸੇਵਾ ਕਰਨ ਦਾ ਸੁਭਾਗ ਚਾਹਦਾ ਜੀ ਜਨਤਾ ਮੈਨੂੰ ਦੇਵੇ ਜੀ ਲੋਕ ਮੈਨੂੰ ਦੇਣ ਮੇਰੇ ਸ਼ਹਿਰ ਵਾਸੀ ਮੈਨੂੰ ਦੇਣ ਜੀ ਇਸ ਕਰਕੇ ਮੈਂ ਵਾਰਨ ਬਚਾਰ ਤੋਂ ਆਪਣੀ ਚੋਣ ਲੜਨ ਜਾ ਰਿਹਾ ਜੀ ਸਾਰੇ ਮੇਰਾ ਸਾਥ ਦਿਓ ਜੀ ਵੱਧ ਤੋਂ ਵੱਧ ਜੀ ਜਦੋਂ ਅ ਦਵਿੰਦਰ ਸਿੰਘ ਜਦੋਂ ਕੋਈ ਬੰਦਾ ਖੜਨਾ ਚਾਹੁੰਦਾ ਨਾ ਚੋਣਾਂ ਦੇ ਵਿੱਚ ਇੱਕ ਬੜਾ ਮਤਲਬ ਸਮਝ ਲਓ ਤੁਸੀਂ ਨਿਮਾਣਾ ਜਿਹਾ ਹੋ ਕੇ ਬੜੀ ਉਸ ਸਾਹਬ ਨਾਲ ਜਾਂਦਾ ਹੈ ਹਲੀਮੀ ਦੇ ਨਾਲ ਵੀ ਲੋ ਜੀ ਮੈਂ ਤੁਹਾਡਾ ਆਪਣਾ ਉਮੀਦਵਾਰ ਹੈਗਾ ਵੋਟ ਮੰਨੂ ਪਾਓ ਵੋਟੋ ਕਰੋ ਲੇਕਿਨ ਜਿੱਤ ਜਾਂਦਾ ਤਾਂ ਅਕੜ ਨਾਲ ਗਰਦਨ ਇੱਥੇ ਹੋ ਜਾਂਦੀ ਹੈ ਫਿਰ ਉਹ ਦੇਖਣਾ ਵੀ ਨਹੀਂ ਕਰਦਾ ਉਹ ਹਲੀਮੀ ਤੇ ਉਹ ਜਿਹੜੀ ਹੈ ਆਕੜ ਉਸ ਦਾ ਫਰਕ ਮਟਾ ਪਾਓਗੇ ਤੁਸੀਂ ਬਿਲਕੁਲ ਜੀ ਬਿਲਕੁਲ ਮੈਂ ਲੋਕਾਂ ਦੇ ਥੱਲੇ ਰਹਿ ਕੇ ਕੰਮ ਕਰਨਾ ਚਾਹੁੰਦਾ ਜੀ ਬਹੁਤ ਅਸੀਂ ਪਿਛਲੀ ਵਾਰ ਸਾਰਿਆਂ ਨੇ ਦੇਖਿਆ ਜੀ ਜਿੰਨੇ ਪਹਿਲਾਂ ਐਮਸੀ ਬਣੇ ਜਾਂ ਜੋ ਵੀ ਥਾ ਪਿੱਛੇ ਉਹ ਸਾਰਿਆਂ ਦਾ ਇਹੀ ਹਾਲ ਸੀਗਾ ਕਿਸੇ ਨੇ ਕਿਸੇ ਦਾ ਕੋਈ ਕੰਮ ਨਹੀਂ ਕਰਵਾਇਆ ਐਮਸੀ ਨੇ ਜੇ ਸਾਬਕਾ ਐਮਸੀ ਵੀ ਲਾ ਲੋ ਸਾਡੇ ਬਾੜ ਵਿੱਚ ਲਾ ਲੋ 4 ਨੰਬਰ 'ਚ ਲੋਕ ਬਹੁਤ ਪਰੇਸ਼ਾਨ ਆ ਉਹਨਾਂ ਤੋਂ ਬਿਲਕੁਲ ਬਿਲਕੁਲ ਪਰੇਸ਼ਾਨਾ ਕਿਸੇ ਨੇ ਸੈਨ ਨਹੀਂ ਕਿਤੇ ਦੋ ਦੋ ਦਿਨ ਸਾਨੂੰ ਐਮਸੀ ਨੇ ਬਾੜ ਵਾਲਿਆਂ ਨੂੰ ਮਿਲਿਆ ਸੀ ਬਾੜ ਵਾਲਿਆਂ ਕੋਈ ਜਾਂਦੇ ਜੀ ਸਾਰੇ ਇਹੀ ਗੱਲ ਕਰਦੇ ਕਿ ਸਾਨੂੰ ਤਾਂ ਬਾੜ ਪਿਛੇ ਐਮਸੀ 5 ਸਾਲ ਦਰਸ਼ਲੇ ਨਹੀਂ ਹੋਏ ਉਹਦੇ ਉਸ ਦਾ ਲਾਲੋ ਸਾਫ ਦਾ ਜਿਹੜੇ ਐਮਸੀ ਆ ਸਾਡੇ ਉਹਨਾਂ ਦਾ ਘਰ ਵਾਲਾ ਇੱਥੇ ਹੈਗੇ ਸੀ ਕਿ ਐਡਵੋਕੇਟ ਸੀਗੇ ਉਹੀ ਦੋ ਦੋ ਦਿਨ ਬਾਅਦ ਲੋਕਾਂ ਦੇ ਕਿਤੇ ਕੰਮ ਕਰਵਾਉਂਦੇ ਸੀਗੇ ਇਹ ਤਾਂ ਉਹ ਵੀ ਨਹੀਂ ਮਿਲਦੇ ਸੀ ਹੁਣ ਲੋਕਾਂ ਕੋਲ ਜਾਂਦੇ ਲੋਕ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕੀ ਕੀਤਾ ਬਾੜ ਵਾਸਤੇ ਬਿਲਕੁਲ 5 ਸਾਲ ਤੁਸੀਂ ਕੀ ਕੀਤਾ ਨਹੀਂ ਕੁਝ ਨਹੀਂ ਕੀਤਾ ਜਵਾਬ ਨਹੀਂ ਦੇਣਾ ਜੀ ਉਹਨਾਂ ਨੂੰ ਮਿਲ ਨਹੀਂ ਰਿਹਾ ਕੁਝ ਵੀ ਬਿਲਕੁਲ ਜਵਾਬ ਦੇਣਾ ਨਹੀਂ ਮਿਲ ਰਿਹਾ ਕੁਝ ਲੇਕਿਨ ਜੇ ਤੁਸੀਂ ਕਹੇ ਵੀ ਮੈਂ 4 ਵਾਰਡ ਸੀ ਗਿਆ ਤੁਸੀਂ 4 ਵਾਰਡ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕਿ ਸਮੱਸਿਆਵਾਂ ਕੀ ਨੇ 4 ਵਾਰਡ ਦੇ ਲੋਕਾਂ ਨੇ ਤੁਹਾਡੇ ਨਾਲ ਜ਼ਰੂਰ ਕੋਈ ਨਾ ਕੋਈ ਗੱਲਬਾਤ ਕੀਤੀ ਹੋएगी ਵਾਰਡ ਵਾਸੀਆਂ ਨੇ ਕੀ ਕਹਿਣਾ ਚਾਹੋਗੇ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਫਿਰ ਤੁਸੀਂ ਸਮੱਸਿਆ ਸਮਝਦੇ ਹੋ ਫਿਰ ਉਸ ਸਮੱਸਿਆ ਦਾ ਹੱਲ ਅਗਰ ਤੁਸੀਂ ਚੁਣੇ ਜਾਂਦੇ ਹੋ ਕਰਨ ਦੇ ਲਈ ਤਤਪਰ ਰਹੋਗੇ ਇਹ ਕਹਦਾ ਸਭ ਤੋਂ ਵੱਡੀ ਸਮੱਸਿਆ ਹੈ ਜੀ ਗੰਦਗੀ ਬਹੁਤ ਹੈ ਜੀ ਜੀ ਕੇਸਗੜ੍ਹ ਸਾਹ ਤੋਂ ਸ਼੍ਰੀ ਸੀਸਗੰਜ ਸਾਹਿਬ ਲਈ ਰਸਤਾ ਜਿਹੜਾ ਜਾਂਦਾ ਉਹਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਹੈ ਲੋਕ ਬਹੁਤ ਦੂਰ ਦੂਰ ਤੋਂ ਮੱਥਾ ਟੇਕਣਾਂ ਦੇ ਜੀ ਉਹਨਾਂ ਗੰਦਗੀ ਵਿੱਚੋਂ ਟੱਪਣਾ ਪੈਂਦਾ ਸਾਡਾ ਬਹੁਤ ਗੰਦਗੀ ਮੁੱਦਾ ਸਾਰੇ ਸ਼ਹਿਰ ਦਾ ਹੈ ਜੀ ਗੱਲ ਕਰੀਏ ਗੰਦਗੀ ਦੀ ਗੰਦਗੀ ਸਾਰੇ ਸਾਰੇ ਸ਼ਹਿਰ ਦਾ ਮੁੱਦਾ ਹੈ ਸ਼ਹਿਰ ਨੂੰ ਕੇਵਲ ਅੱਗੇ ਅੱਗੇ ਉਹ ਜਿਹੜਾ ਹੈ ਸਾਫ਼ ਸੁਥਰਾ ਕਰ ਦਿੱਤਾ ਜਾਂਦਾ ਜਾਂਦਾਂ ਜਦਕਿ ਪਿੱਛੇ ਜਿਹੜਾ ਹੈ ਉਹ ਬਹੁਤ ਹੈ ਅਸੀਂ ਇੱਕ ਵੀਡੀਓ ਦਿਖਾਈ ਸੀ 4 ਨੰਬਰ ਵਾਰਡ ਦੀ ਮੈਂ ਫੇਰ ਤੁਹਾਨੂੰ ਥੋੜੀ ਜਿਹੀ ਕਲਿੱਪਿੰਗ ਦਿਖਾਉਣਾ 4 ਨੰਬਰ ਵਾਰਡ ਦੀ ਆ ਤੁਸੀਂ ਦੇਖਿਆ ਵੀ ਹੋਏਗਾ ਵੀ ਉਹ ਸੀਵਰੇਜ ਪੁਆਇੰਟ ਜਿਹੜਾ ਹੈਗਾ ਨਾਲਾ ਜਿਹਨੂੰ ਗੰਦਾ ਨਾਲਾ ਕਹਿੰਦੇ ਆ ਉਹ ਗੰਦਾ ਸੀਵਰੇਜ ਦਾ ਪੁਆਇੰਟ ਸੈਂਟਰ ਦੇ ਵਿੱਚ ਹੈ ਔਰ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ ਇੱਕ ਵਾਰ ਨਹੀਂ ਦੋ ਵਾਰ ਸੜਕ ਦਾ ਕਹਿੰਦੇ ਜੀ ਨਹੀਂ ਪੱਥਰ ਰੱਖ ਦਿੱਤਾ ਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਸਰ ਦੋ ਵਾਰ ਨਹੀਂ ਪੱਥਰ ਰੱਖ ਦਿੱਤਾ ਗਿਆ ਜੀ ਪਾਰਕਿੰਗ ਦਾ ਉਥੇ ਪਾਰਕ ਬਣਾਉਣ ਦਾ ਵੀ ਰੱਖਿਆ ਜੀ ਨਹੀਂ ਪੱਥਰ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਮੈਨੂੰ ਵੱਧ ਵੱਧ ਵੋਟਾਂ ਨਾਲ ਜਿਤਾਓ ਇਹੋ ਜੀ ਸਮੱਸਿਆਵਾਂ ਨੂੰ ਹੱਲ ਕਰੋਗੇ ਮੇਰਾ ਮੈਂ ਮੇਰਾ ਸਵਾਲ ਹੈ ਸੀਗਾ ਵੀ ਇਹ ਸਮੱਸਿਆਵਾਂ ਜਿਹੜੀਆਂ ਲੋਕਾਂ ਦੇ ਲਈ ਚਾਰ ਵਾਰਡ ਚ ਮੁਸ਼ਕਿਲਾਂਵਾਂ ਬਣ ਰਹੀਆਂ ਨੇ ਇਹੋ ਜੀ ਸਮੱਸਿਆਵਾਂ ਵਾਲਾ ਮਕਰ ਬਿਲਕੁਲ ਜੀ ਸਭ ਤੋਂ ਪਹਿਲਾਂ ਆਪਾਂ ਗੰਦਗੀ ਦੂਏਂ ਪਰ ਦੇ ਨਾਲੀਆਂ ਜੀ ਆਪਾਂ ਸੀਸਗੰਦੇ ਪਾਰਕ ਪਾਰਕ ਦੇ ਕੋਲ ਜਾਈਏ ਜੀ ਉੱਥੇ ਹੁਣ ਵੀ ਜਾ ਕੇ ਆਪਾਂ ਦੇਖ ਸਕਦੇ ਹਾਂ ਉੱਥੇ ਕੰਮ ਚੱਲ ਰਿਹਾ ਜੀ ਬੰਦੇ ਨੇ ਦੁਕਾਨ ਬਣਾਈ ਸੀਗੀ ਨਾਲੀ ਟੁੱਟਣ ਹੋਣ ਕਾਰਨ ਉਹਦੀ ਨੀਂਹ ਵਿੱਚ ਪਾਣੀ ਚੱਲ ਗਿਆ ਉਹਨੂੰ 5 ਲੱਖ ਰੁਪਏ ਦੇ ਕੇ 20 ਮੱਥਲੇ ਤੋਂ ਭਰਨੀ ਸ਼ੁਰੂ ਕਰ ਰਹੇ ਆ ਉਹਨੇ ਐਮਸੀ ਸਾਹਿਬ ਨੂੰ ਬਹੁਤ ਵਾਰੀ ਜਾ ਕੇ ਕਹਿਤਾ ਕਿ ਆਪ ਵੀ ਬਣਵਾਇਆ ਜੀ ਉਹਨੇ ਨਹੀਂ ਜਦੋਂ ਕੁਝ ਵੀ ਹੋਇਆ ਹੁਣ ਅਖੀਰ ਨੂੰ ਉਹਨਾਂ ਦਾ ਸਾਰਾ ਦੁਕਾਨ ਜਿਹੜੀ ਬੈਠ ਚੁੱਕੀ ਉਹ ਉਥੇ ਆਪਣਾ ਪਿੱਲਰ ਦੇ ਰਹੇ ਵਿੱਚੋਂ ਉਹਨ ਜਿਹੜੀ ਟੀਮ ਆਈ ਬਾਹਰੋਂ ਟੀਮ ਬੁਲਾਈ ਵੀ ਨਹੀਂ ਉਹ 5 ਲੱਖ ਰੁਪਇਆ ਉਹਨੇ ਐਸਟੀਮੇਟ ਲਾਇਆ ਜੀ ਇਹਦਾ ਕਰਨੇ ਦਾ ਜੀ ਜੇ ਸਾਡੇ ਐਮਸੀ ਸਾਹਿਬ ਧਿਆਨ ਦਿੰਦੇ ਤਾਂ ਇਹ ਬਚਾਅ ਹੋ ਸਕਦਾ ਸੀ ਉਹ ਵਿੱਚ ਅਨੰਦਪੁਰ ਸਾਹਿਬ ਚ ਲੈਟ ਬਿਲਕੁਲ ਸੀਸਗੰਦੇ ਪਾਰਕ ਤੋਂ ਆਪਾਂ ਕੇਸਗੜ੍ਹ ਸਾਹਿਬ ਤੋਂ ਸੀਸਗੰਦੇ ਨੂੰ ਜਾਣਦੇ ਜੀ ਫਲੈਟਿੰਗ ਨਹੀਂ ਹੈ ਜੀ ਰਾਤ ਨੂੰ ਘੁੱਪ ਹਨੇਰਾ ਜੀ ਜੀ ਅਵਾਰਾ ਪਸ਼ੂ ਕੁੱਤੇ ਘੁੰਮ ਰਹੇ ਜੀ ਕੋਈ ਉਹਦਾ ਪ੍ਰਬੰਧ ਨਹੀਂ ਜੀ ਕਰ ਰਿਹਾ ਜੀ ਮਤਲਬ ਉਹ ਸਾਰੀਆਂ ਸਮੱਸਿਆਵਾਂ ਦਾ ਤੁਸੀਂ ਹੱਲ ਕਰੋ ਇੱਕ ਸਮੱਸਿਆ ਇੱਕ ਸਮੱਸਿਆ ਸਭ ਤੋਂ ਵੱਡੀ ਆਂਦੀ ਹੈ ਖਾਸ ਕਰਕੇ ਤੁਹਾਡਾ ਪਹਿਲੇ ਲੇਡੀਜ਼ ਵਾਰਡ ਸੀ ਲੇਡੀਜ਼ ਵਾਰਡ 'ਚ ਸਮੱਸਿਆ ਆਂਦੀ ਵੀ ਲੇਡੀਜ਼ ਐਮਸੀ ਤਾਂ ਪੜ ਜਾਂਦੀਆਂ ਆ ਲੇਕਿਨ ਫਿਰ ਲੇਡੀਜ਼ ਕੰਮ ਨਹੀਂ ਕਰਦੀਆਂ ਉਹਨਾਂ ਦੇ ਹਸਬੰਡ ਹੀ ਕੰਮ ਕਰਦੇ ਨੇ ਜ਼ਿਆਦਾਤਰ ਲੇਕਿਨ ਹੈਰਾਨਗੀ ਹੈ ਵੀ ਲੇਡੀਜ਼ ਜਾਂ ਉਹਨਾਂ ਦੇ ਹਸਬੰਡ ਵੀ ਅਵੇਲੇਬਲ ਨਹੀਂ ਮਿਲਦੇ ਨਹੀਂ ਲੋਕਾਂ ਨੂੰ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਵੀ ਅਸੀਂ ਐਮਸੀ ਦਾ ਚੁਣ ਲਿਆ ਲੇਕਿਨ ਸਾਨੂੰ ਐਮਸੀ ਮਿਲਦਾ ਨਹੀਂ ਹੈਗਾ ਤੁਹਾਡੀ ਅਵੇਲੇਬਿਲਟੀ ਕਿਵੇਂ ਹੋਏਗੀ ਕੀ ਕਿੰਨਾ ਕਰੋਗੇ ਮੈਂ ਬਿਲਕੁਲ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰੂੰਗਾ ਜੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਦੇਖ ਕੇ ਐਮਸੀ ਚੁਣੋ ਆਪਣਾ ਜਿਹੜਾ ਕੋ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਕੰਮ ਕਰਵਾ ਸਕਦਾ ਜੇ ਕਿਸੇ ਨਾਲ ਮੈਂ ਤਾਂ ਰਾਤ ਨੂੰ ਵੀ ਅੱਧੀ ਰਾਤ ਨੂੰ ਵੀ ਜਾਣ ਨੂੰ ਤਿਆਰ ਹੈ ਜੀ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਜੀ ਮੈਂ ਖੁਦ ਧੱਕਿਆਂ ਦਾ ਸ਼ਿਕਾਰ ਹੈ ਜੀ ਮੇਤੇ ਦੋ ਨਜਾਇਜ਼ ਧੱਕੇ ਨਾਲ ਦੋ ਪਰਚੇ ਪਾਏ ਗਏ ਮੈਂ ਉਹਨਾਂ ਦੀ ਇਨਕੁਆਰੀ ਵੀ ਚਲਾ ਰਿਹਾ ਜੀ ਜੀ ਮੈਂ ਇਦਾਂ ਦਾ ਕਿਸੇ ਵੀ ਬਾੜਕੇ ਸ਼ਹਿਰ ਵਾਸੀਆਂ ਨਾਲ ਵੀ ਕੋਈ ਧੱਕਾ ਹੋਦਾ ਸਭ ਤੋਂ ਮੋਰੇ ਖੜੂ ਜਿਹੜੇ ਤੁਸੀਂ ਪਰਚਿਆਂ ਦਾ ਨਾਂ ਲਿਆ ਪਰਚੇ ਕਿਸੇ ਐਮਸੀ ਨੇ ਕਰਾਏ ਕਿਸੇ ਹੋਰ ਨੇ ਕਰਾਏ ਆਮ ਤਾਂ ਪਰਚੇ ਹੁੰਦੇ ਹੀ ਰਹਿੰਦੇ ਵੀ ਪਰਚੇ ਹੋਗੇ ਹੋਗੇ ਆ ਇਹ ਸਾਰੇ ਆਨੰਦਪੁਰ ਸਾਹਿਬ ਵਾਸੀਆਂ ਨੂੰ ਪਤਾ ਹੈ ਜੀ ਜੀ ਬੱਚੇ-ਬੱਚੇ ਨੂੰ ਪਤਾ ਹੈ ਜੀ ਕਿਹਨਾਂ ਧੱਕਾ ਕਰਵਾਇਆ ਜੀ ਕਿਹਨਾਂ ਕਿੱਥੇ ਕਿਆ ਕਰਵਾਇਆ ਜੀ ਸਾਰਾ ਕੁਝ ਪਤਾ ਹੈ ਜੀ ਬੁੱਲੇ ਤੁਸੀਂ ਇਹਨਾਂ ਇਹਨਾਂ ਪ੍ਰਧਾਨਾਂ ਦੇ ਸ਼ਿਕਾਰ ਕਿਤੇ ਨਾ ਕਿਤੇ ਹੋ ਹਾਂਜੀ ਹਾਂਜੀ ਜਿਹੜੀ ਇੱਕ ਹਾਂ ਠੀਕ ਹੈ ਨਸ਼ੇ ਚ ਹੋਏ ਵੀ ਆਪਣੀ ਸਰਕਾਰਾਂ ਦੇ ਨਸ਼ਿਆਂ ਚ ਧੋਤੋ ਸਾਡੇ ਨਾਲ ਧੱਕਾ ਕਰ ਰਹੇ ਜੀ ਅਸੀਂ ਉਹਦੇ ਵਾਸਤੇ ਆਵਾਜ਼ ਠਾਵਾਗੇ ਜੀ ਆਵਾਜ਼ ਉਠਾ ਬਿਲਕੁਲ ਆਪਣੀ ਪੂਰੀ ਟੀਮ ਲੈ ਕੇ ਜੀ ਜਿਹੜੇ ਸਮਾਜ ਸੇਵਾ ਕਰ ਰਹੇ ਮੁੰਡੇ ਮੇਰੇ ਨਾਲ 20 ਮੁੰਡਿਆਂ ਦੀ ਟੀਮ ਹੈ ਜੀ ਜੀ ਅਸੀਂ ਬਿਨਾਂ ਇਹ ਤੋਂ ਵੀ ਆਪਾਂ ਸੇਵਾ ਕਰ ਰਹੇ ਹੁਣ ਲੋਕ ਸਾਨੂੰ ਇਹ ਪੁੱਛਦੇ ਕਿ ਸੇਵਾ ਤਾਂ ਤੁਸੀਂ ਐਦਾਂ ਵੀ ਕਰ ਸਕਦੇ ਪਰ ਕਈ ਸੇਵਾ ਸਾਨੂੰ ਸਿਸਟਮ ਚ ਜਾ ਕੇ ਕਰਨੀ ਪੈਂਦੀ ਜੀ ਬਿਲਕੁਲ ਦੋਸਤੋ ਅੱਜ ਜਿੱਥੇ ਬਹੁਤ ਸਾਰੇ ਵਾਰਡਾਂ 'ਚ ਐਮਸੀ ਖੜੇ ਆ ਨਾ ਉਹ ਜਦੋਂ ਕਰੋਨਾ ਵਾਇਰਸ ਆਇਆ ਸੀਗਾ ਤੇ ਲਾਕਡਾਊਨ ਲੱਗ ਗਿਆ ਤਾਂ ਇੱਕ ਲੰਗਰ ਲਗਾਏ ਗਏ ਸੀਗੇ ਰਲ ਮਿਲ ਕੇ ਲੇਕਿਨ ਅੱਜ ਕਈ ਵਾਰਡਾਂ 'ਚ ਜਿਹੜੇ ਐਮਸੀ ਖੜੇ ਆ ਨਾ ਉਹ ਇਹ ਕਹਿ ਰਹੇ ਵੀ ਲੰਗਰ ਅਸੀਂ ਲਗਾਏ ਸੀ ਉਹ ਲੰਗਰ ਤੁਸੀਂ ਖਾਧਾ ਉਸ ਦੇ ਬਦਲੇ ਉਹਨਾਂ ਨੂੰ ਵੋਟ ਦਿਓ ਸਚੇਤ ਰਹਿਣਾ ਬਹੁਤ ਸਾਰੇ ਇਸ ਤਰ੍ਹਾਂ ਦੇ ਸਮਾਜ ਸੇਵੀ ਆਣਗੇ ਲੇਕਿਨ ਸੱਚਾ ਸਮਾਜ ਸੇਵੀ ਦੇ ਤੌਰ ਤੇ ਇੱਕ ਜਿਨ੍ਹਾਂ ਨੇ ਨਿਸਵਾਰਥ ਹੋ ਕੇ ਕੰਮ ਕੀਤਾ ਸੀਗਾ ਕਿਸੇ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਾ ਹੋਵੇਗਾ ਕਿ ਸ਼ਹਿਰ ਦੇ ਵਿੱਚ ਜਿੰਨੀ ਵੀ ਦਵਾਈ ਛਿੜਕੀ ਗਈ ਸੀਗੀ ਉਹ ਖੁਦ ਦਵਿੰਦਰ ਸਿੰਘ ਹੋ ਰਾ ਤੇ ਇਹਨਾਂ ਦੇ ਜਿਹੜੇ ਉਹ 15-20 ਬੰਦੇ ਜਿਹੜੇ ਸਮਾਜ ਸੇਵੀ ਕਰ ਰਹੇ ਨੇ ਇਸ ਟਾਈਮ ਉਹ ਉਹਨਾਂ ਦੁਆਰਾ ਛਿੜਕੀ ਗਈ ਸੀ ਇਹ ਸੱਚ ਹੈ ਦਵਿੰਦਰ ਸਿੰਘ ਜਿਹੜਾ ਹਾਂਜੀ ਹਾਂਜੀ ਸਾਰੇ ਸੱਚਾ ਟਰੈਕਟਰ ਮੇਰੇ ਕੋਲ ਆਪਣੇ ਕੋਲ ਖੁਦ ਕੋਲ ਹੈਗਾ ਜੀ ਜੀ ਅਸੀਂ ਟੈਂਕੀ ਲਿਆਂਦੀ ਬਾਬਾ ਜਵਾਰ ਸਿੰਘ ਤੋਂ ਜੀ ਉਹਦੇ ਉੱਪਰ ਆਈ ਸਿਸਟਮ ਫਿੱਟ ਕੀਤਾ ਜਿਹੜਾ ਗੱਡੀਆਂ ਨਾਲ ਮਗਰ ਜਨਰੇਟਰ ਫਿੱਟ ਕੀਤਾ ਜੀ ਉਹਦੇ ਨਾਲ ਅਸੀਂ 100 ਫੁੱਟ ਲੰਬੀ ਪਾਈਪ ਲਾਈ ਜੀ ਜਿਹੜਾ ਫੁਹਾਰਾ ਹੁੰਦਾ ਜੀ ਗੱਡੀਆਂ ਧੋਣੇ ਵਾਲਾ ਜੀ ਉਹਦੇ ਨਾਲ ਅਸੀਂ ਸ਼ਹਿਰਾਂ ਦੇ ਕੱਲੀ-ਕੱਲੀ ਗਲੀ ਵਿੱਚ ਜਾ ਕੇ ਜਿੱਥੇ ਟਰੈਕਟਰ ਨਹੀਂ ਵੀ ਜਾਂਦਾ ਸੀਗਾ 100 ਫੁੱਟ ਅੱਗੇ ਜਾ ਕੇ ਆਪਾਂ ਦਵਾਈ ਤਿੰਨ-ਤਿੰਨ ਮੰਜ਼ਿਲ ਤੱਕ ਛਿੜਕੀ ਜੀ ਬਿਲਕੁਲ ਅਸੀਂ ਵੱਧ ਤੋਂ ਵੱਧ ਜਿੰਨਾ ਹੋ ਸਕੇ ਅਸੀਂ ਕੀਤਾ ਜੀ ਸਾਰਾ ਸੋ ਬਿਲਕੁਲ ਇਹ ਉਹ ਗੱਲ ਨਹੀਂ ਹੈਗੀ ਵੀ ਮੈਂ ਲੰਗਰ ਵੰਡਣ ਲੱਗਾ ਤੇ ਮੈਂ ਆਪਣੇ ਵਾਰਡ ਵਾਲਿਆਂ ਨੂੰ ਲੰਗਰ ਖਵਾ ਦਿੱਤਾ ਮੈਨੂੰ ਪਤਾ ਸੀ ਮੈਂ ਐਮਸੀ ਦੇ ਇਲੈਕਸ਼ਨ ਲੜਨੇ ਆ ਤੇ ਮੈਂ ਲੰਗਰ ਜਿਹੜਾ ਖਲਾਮਾ ਫਿਰ ਮੁੜ ਕੇ ਉਸ ਲੰਗਰ ਦੇ ਬਦਲੇ ਵੋਟਾਂ ਮੰਗਾ ਆ ਦੇਖਿਆ ਹੋਏਗਾ ਤੁਸੀਂ ਅਖਬਾਰਾਂ ਜਾਂ ਪੜਿਆ ਹੋਏਗਾ ਇੰਟਰਵਿਊ ਦੇਖੀ ਹੋਏਗੀ ਇੱਕ ਐਮਸੀ ਨੇ ਦਿੱਤੀ ਆ ਵੀ ਅਸੀਂ ਲੰਗਰ ਲਗਾਇਆ ਸੀ ਜੀ ਹੁਣ ਸਾਨੂੰ ਵੋਟਾਂ ਪਾਓ ਵਾਜੀ ਵਾ ਕੀ ਆ ਬਾਤ ਹੈ ਲੇਕਿਨ ਇਹ ਲੋਗ ਅਜਿਹੇ ਲੋਕ ਸੀਗੇ ਦਵਿੰਦਰ ਸਿੰਘ ਵਰਗੇ ਜਿਨ੍ਹਾਂ ਨੇ ਆਪਣੇ ਲਈ ਨਹੀਂ ਸਾਡੇ ਲਈ ਬਿਨਾ ਕਿਸੇ ਨਿਸਵਾਤੋ ਨਾ ਜਿਹੜੀ ਉਹ ਦਵਾਈ ਛੜਕੀ ਨਾ ਹੀ ਹੁਣ ਦਵਾਈ ਦੇ ਬਦਲੇ ਵੋਟਾਂ ਨਹੀਂ ਮੰਗ ਰਹੇ ਸਾਰੇ ਸ਼ਹਿਰ ਤੋਂ ਨਹੀਂ ਕਹਿ ਰਹੇ ਵੀ ਮੈਨੂੰ ਸਾਰਾ ਸ਼ਹਿਰ ਆ ਕੇ ਵੋਟ ਪਾ ਦੇ ਲੇਕਿਨ ਹਾਂ ਆਪਣਾ ਵਾਰਡ 8 ਨੰਬਰ ਛੱਡ ਕੇ 4 ਨੰਬਰ ਚ ਇਸ ਲਈ ਜਾ ਰਹੇ ਨੇ ਕਿਉਂਕਿ ਇਹ ਸਮਾਜ ਸੇਵਾ ਕਰਨਾ ਚਾਹੁੰਦੇ ਨੇ ਉੱਥੇ ਵਾਰਡ ਦੀ ਸੇਵਾ ਕਰਨਾ ਚਾਹੁੰਦੇ ਨੇ ਲੇਕਿਨ ਗੱਲ ਇਹ ਹੈ ਵੀ ਤੁਹਾਡਾ ਚੋਣ ਮੈਨੀਫੈਸਟੋ ਕੋਈ ਲੈ ਕੇ ਚੱਲੇ ਹੋ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਮੰਗ ਸਾਡੇ ਸ਼ਹਿਰ ਵਾਸੀਆਂ ਦੀ ਹੈਗੀ ਹੈ ਮੈਂ ਵੀ ਸ਼ਹਿਰ ਦਾ ਵਾਸੀ ਹੈਗਾ ਸ਼ਹਿਰ ਵਾਸੀਆਂ ਦੀ ਇੱਕ ਮੰਗ ਹੈਗੀ ਹੈ ਵੀ ਐਮਸੀ ਦਾ ਜਿਹੜਾ ਹੈ ਨਾ ਉਹ ਚੋਣ ਮੈਨੀਫੈਸਟੋ ਦੇਖੋ ਵੀ ਉਹ ਕੀ ਕਰਨਾ ਚਾਹੁੰਦਾ ਉਹਦਾ ਕੀ ਮੰਤਵ ਦੇ ਨਾਲ ਆ ਰਿਹਾ ਕੀ ਉਹ ਕਰਾਏਗਾ ਕੀ ਉਹਦਾ ਕੀ ਕੀ ਉਹ ਲੋਕਾਂ ਬਾਰੇ ਸੋਚ ਰਿਹਾ ਹੈ ਉਹ ਚੋਣ ਮੈਨੀਫੈਸਟੋ ਬਣਾਇਆ ਤਾਂ ਕਿ ਅਗਰ ਤੁਸੀਂ ਜਿੱਤ ਜਾਂਦੇ ਹੋ ਚੋਣ ਮੈਨੀਫੈਸਟੋ ਤੋਂ ਆਪਣੇ ਇੱਧਰ ਉੱਧਰ ਹੁੰਦੇ ਹੋ ਤਾਂ ਤੁਸੀਂ ਜਵਾਬਦੇਹ ਹੋ ਸਕੋ ਅਸੀਂ ਤੁਹਾਨੂੰ ਸਵਾਲ ਪੁੱਛ ਸਕੀਏ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਬਾਗ ਵਿੱਚ ਪਾਰਕ ਬਣਾਉਣਾ ਚਾਹੁੰਦਾ ਜੀ ਇਹ ਆਪਣਾ ਵੀਆਈਪੀ ਰੋਡ ਤੇ ਜਗ੍ਹਾ ਹੈਗੀ 7 ਕਨੈਲ ਮੇਰੇ ਖਿਆਲ ਨਾਲ ਕਮੇਟੀ ਦੀ ਜਗ੍ਹਾ ਪਈ ਜੀ ਉੱਥੇ ਮੈਂ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਜੀ ਜਿੱਥੇ ਕਿ ਐਤਵਾਰ ਦੇ ਦਿਨ ਬੰਦੇ ਆਪਣਾ ਦਿਮਾਗ ਫਰੈਸ਼ ਕਰ ਸਕਣ ਕੋਈ ਕਿਤਾਬਾਂ ਪੜ ਸਕਣ ਬੈਠ ਕੇ ਸਾਰੇ ਜਿੱਦਾਂ ਪਿੰਡਾਂ 'ਚ ਅਸੀਂ ਜਾਂਦੇ ਸਾਥ ਬਣਾ ਕੇ ਇਕੱਠੇ ਬੈਠੇ ਹੁੰਦੇ ਜੀ ਮੈਂ ਚਾਹੁੰਦਾ ਕਿ ਸਾਡੇ ਬਾੜ ਵਾਲੇ ਕਿ ਆਨੰਦਪੁਰ ਵਾਲੇ ਵੀ ਉੱਥੇ ਆ ਕੇ ਬੈਠਣੇ ਇੱਕ ਸਾਈਡ ਤੇ ਆਪਣੀਆਂ ਗੱਲਾਂ ਕਰਨ ਜੀ ਐਤਵਾਰ ਨੂੰ ਛੁੱਟੀ ਵਾਲੇ ਦਿਨ ਜਾਂ ਉੱਧਾ ਆ ਕੇ ਕੋਈ ਵੀ ਧਾਰਮਿਕ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਉੱਥੇ ਕਿਤਾਬਾਂ ਆਪਣੀਆਂ ਰੱਖਣੀਆਂ ਅਸੀਂ ਪੜਨ ਜੀ ਜੀ ਅਸੀਂ ਇਹ ਕਰਨਾ ਚਾਹੁੰਦੇ ਦੂਜੇ ਨੰਬਰ ਤੇ ਅਸੀਂ ਚਾਹੁੰਦੇ ਕਿ ਅਸੀਂ ਆਉਣੇ ਬਾੜ ਵਾਸਤੇ ਇੱਕ ਲੱਗ ਗੱਡੀ ਦਿੱਤੀ ਜਾਵੇ ਕੂੜੇ ਵਾਲੀ ਜੀ ਆਪਣੇ ਮੁੰਡਿਆਂ ਤੋਂ ਸਾਡੇ ਕੋਲ ਸੇਵਾ ਵਾਲੇ ਮੁੰਡੇ ਬਹੁਤ ਹੈ ਜੀ ਉਹਨਾਂ ਤੋਂ ਪੈਸੇ ਇਕੱਠੇ ਕਰਕੇ ਗੱਡੀ ਲੱਗ ਦੇਣੀ ਜੀ ਇੱਕ ਓਕੇ ਇਹਦੇ ਵਾਸਤੇ ਕਰਨਗੇ 23 ਨੰਬਰ ਤੇ ਜੀ ਅਸੀਂ ਕਰਨਾ ਜੀ ਆਪਣਾ ਸੀਸਗੱਡੀ ਜੀ ਉਹ ਦੇਣੀ ਵੀ ਜਿਹੜੀ ਵਾਰਡ ਦੀ ਗੰਦਗੀ ਚੁੱਕਿਆ ਕਰੀ ਗੰਦੀ ਹਾਂਜੀ ਉੱਚ ਗੰਦਗੀ ਪਾਇਆ ਜਾਵੇ ਜਿੱਦਾਂ ਬਾੜਾ ਹੈ ਗੰਦ ਜਿਹੜਾ ਹੈ ਆ ਬਾੜਾ ਵਾਲੇ ਬੰਦੇ ਹਾਂਜੀ ਘਰ ਘਰ ਮੂਰੇ ਗੱਡੀ ਜਾਊਗੀ ਜੀ ਤੇ ਅਸੀਂ ਸੀਸਗੱ ਸਾਹਿਬ ਕੋ ਜਾਣਦੇ ਜੀ ਉੱਥੇ ਬਹੁ ਗੱਡੀਆਂ ਖੜੀਆਂ ਮਾਜੀ ਜੀ ਜਿਹੜੀ ਕਿ ਉਹਨਾਂ ਦੇ ਘਰੇ ਪਾਰਕਿੰਗ ਦਾ ਸਿਸਟਮ ਨਹੀਂ ਬਿਲਕੁਲ ਚੱਕੀ ਵੀ ਗਈ ਉੱਥੋਂ ਇੱਕ ਗੱਡੀ ਵਿੱਚ ਜੇ ਚੋਰੀ ਵੀ ਹੋ ਗਈ ਸੀਗੀ ਹਾਂਜੀ ਚੱਕੀ ਵੀ ਚ ਗਈ ਅਸੀਂ ਦੇ ਕਮੇਟੀ ਕੋਲ ਬਹੁਤ ਜਗਾ ਜੀ ਨਗਰ ਕੌਸਲ ਨੂੰ ਅਸੀਂ ਪਾਰਕਿੰਗ ਬਣਾਣੀ ਚਾਹਦੇ ਜੀ ਕਿ ਉਹ ਸਾਰੀ ਗੱਡੀਆਂ ਉੱਥੇ ਖੜੀਆਂ ਕਰਨ ਜੀ ਜੇ ਅਸੀਂ 100 200 ਰੁਪਏ ਕਿਸੇ ਘਰ ਨੂੰ ਅਸੀਂ ਗੱਡੀ ਵਾਲੇ ਨੂੰ ਲਾਂਦੇ ਜੀ ਉਹ ਜਿਹੜਾ ਉੱਥੇ ਬੰਦਾ ਚੌਂਕੀਦਾਰ ਆ ਉਹਨੂੰ ਦਿੱਤੀ ਜਾਊਗੀ ਉਹਦੀ ਤਨਖਾਹ ਦਿੱਤੀ ਜਾਊਗੀ ਜੀ ਉੱਥੇ ਨਵੀਆਂ ਗੱਡੀਆਂ ਲੋਕਾਂ ਦੀਆਂ ਖਰਾਬ ਹੋ ਰਹੀਆਂ ਜੀ ਬਿਲਕੁਲ ਕੋਈ ਗੱਡੀ ਮਾਰ ਜਾਂਦਾ ਜੀ ਬਾਹਰ ਖੜੀਆਂ 사이 사이 ਦਾ ਨਹੀਂ ਪਤਾ ਲੱਗਦਾ ਇੱਕ ਤਾਂ ਬਾਹਰੋਂ ਲੋਕ ਆਉਂਦੇ ਜੀ ਮੱਥਾ ਟੇਕਣ ਸੀਸਾਂ ਦਾ ਉੱਥੇ ਗੱਡੀਆਂ ਹਜੂਮ ਖੜਿਆ ਹੋ ਜੀ ਬਹੁਤ ਬੁਰਾ ਲੱਗਦਾ ਜੀ ਦੇਖਣ ਨੂੰ ਵੀ ਬਹੁਤ ਦੂ ਇੱਕ ਜਿਹੜਾ ਸ਼ਹਿਰ ਹੁੰਦਾ ਨਾ ਜੀ ਦਵਿੰਦਰ ਸਿੰਘ ਜੀ ਇਹ ਜ਼ਿਆਦਾਤਰ ਹੁੰਦਾ ਵੀ ਸਾਡੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇ ਸਾਡੀ ਲਾਈਟ ਦੀ ਸਮੱਸਿਆ ਜਿਹੜੀ ਸਟਰੀਟ ਲਾਈਟ ਦੀ ਸਮੱਸਿਆ ਹੱਲ ਹੋ ਜਾਵੇ ਸਾਡੇ ਸੜਕ ਵਧੀਆ ਬਣ ਜਾਵੇ ਸਾਡੀ ਨਾਲੀ ਵਧੀਆ ਬਣ ਜਾਵੇ ਲੇਕਿਨ ਤੁਹਾਡੇ ਵਾਰਡ ਦੇ ਵਿੱਚ ਇੱਕ ਸਮੱਸਿਆ ਸਭ ਤੋਂ ਵੱਡੀ ਹੈ ਵੀ ਉੱਥੇ ਦੀ ਤਾਂ ਸੜਕਾਂ ਨਾਲੀਆਂ ਗਲੀਆਂ ਹੀ ਪੱਕੀਆਂ ਨਹੀਂਆਂ ਸਹੀ ਨਹੀਂ ਹੈਗੀਆਂ ਜੇ ਬਣੀਆਂ ਤਾਂ ਉਹਨਾਂ ਵਿੱਚ ਬਹੁਤ ਸਾਰਾ ਗੰਦਗੀ ਹੈਗੀ ਹੈ ਕਦੀ ਇਹ ਨਹੀਂ ਸੋਚਿਆ ਵੀ ਇਹ ਵੀ ਮੈਂ ਕਰਾਵਾਂਗਾ ਹਾਂਜੀ ਹਾਂਜੀ ਪਹਿਲ ਦੇ ਆਧਾਰ ਤੇ ਜੀ ਇਹ ਵੀ ਕੰਮ ਸਾਡਾ ਜ਼ਰੂਰੀ ਹੈ ਜੀ ਨਾਲ ਹੁਣ ਜਿਹੜੇ ਸਾਡੇ ਸਾਬਕਾ ਐਮਸੀ ਜੀ ਉਹਨਾਂ ਦੇ ਘਰਾਂ ਦੇ ਮੋਰੇ ਇੱਕ ਖੱਡਾ ਹੋਰ ਤਾਂ ਅਸੀਂ ਉਹ ਕਿਹੜਾ ਉਮੀਦ ਕਰ ਸਕਦੇ ਜਿਹੜਾ ਆਪਣੇ ਘਰ ਦੇ ਅੱਗੇ ਨਹੀਂ ਖੜਦਾ ਉਹ ਦੂਜਿਆਂ ਦੇ ਘਰ ਦੇ ਅੱਗੇ ਖੱਡੇ ਪੱਟਣਗੇ ਫਿਰ ਉਹ ਹਾਂਜੀ ਹਾਂਜੀ ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣਾ ਹਾਂਜੀ ਮੇਰੇ ਗੱਲ ਆ ਰਹੀ ਹੈ ਔਰ ਮੈਂ ਪੁੱਛਣਾ ਫਰਜ਼ੀ ਵੀ ਸਮਝਦਾ ਆਪਣਾ ਭਾਈ ਸਾਡੇ ਪ੍ਰੈਜ਼ੀਡੈਂਟ ਰਹੇ ਪਿਛਲੀ ਵਾਰ ਮਿਊਨਿਸਪਲ ਕੌਂਸਲ ਦੇ ਹਰਜੀਤ ਸਿੰਘ ਜੀਤਾ ਅੱਜ 90% ਲੋਕ ਸ਼ਹਿਰ ਦੇ ਨਾਰਾਜ਼ ਆ ਉਹਦੇ ਨਾਲ ਜੋ ਮੈਂ ਅਬਜ਼ਰਵੇਸ਼ਨ ਕੀਤੀ ਹੈ ਜੋ ਮੈਂ ਅਬਜ਼ਰਵ ਕੀਤਾ ਹੈ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਬਹੁਤ ਨਜ਼ਦੀਕ ਹੋ ਹਰਜੀਤ ਸਿੰਘ ਜੀਤਾ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਹੈਗਾ ਵੀ ਇਹ ਹਰਜੀਤ ਸਿੰਘ ਜੀਤਾ ਦਾ ਹੀ ਪਲਾਂਟਡ ਬੰਦਾ ਹੈ ਤਾਂ ਇਸ ਦੀ ਰੋਟਾ ਵੀ ਸਾਨੀ ਪੈ ਸਕਦੀ ਹੈ ਕੀ ਤੁਸੀਂ ਸੱਚਮੁੱਚ ਹਰਜੀਤ ਸਿੰਘ ਜੀਤਾ ਦੁਆਰਾ ਪਲਾਂਟ ਕੀਤੇ ਗਏ ਉਹਨਾਂ ਦੇ ਨਜ਼ਦੀਕ ਹੈਗੇ ਉਹਨਾਂ ਵੱਲੋਂ ਚੋਣ ਲੜਦੇ ਹੋ ਨਹੀਂ ਜੀ ਮੈਂ ਆਜ਼ਾਦ ਚੋਣ ਲੜ ਰਿਹਾ ਜੀ ਘੜ ਤੋਂ ਘੱਟ 1.5 ਸਾਲ ਤੋਂ ਮੈਂ ਅਲੱਗ ਆ ਜੀ ਆਪਣਾ ਮੇਰਾ ਕਿਸੇ ਨਾਲ ਉਹਦਾ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਜੀ ਹੈਗਾ ਜੀ ਹਾਂ ਜੀ ਬਿਲਕੁਲ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਜੀ ਕਿ ਮੇਰਾ ਉਹਦੇ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈ ਜੀ ਜੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਪਾਉਂਦਾ ਹੈ ਜੀ ਉਹ ਮੇਰੇ ਨਾਲ ਕੇ ਗੱਲ ਕਰੋ ਜੀ ਮੈਂ ਕਲੀਅਰ ਕਰੂੰਗਾ ਜੀ ਬਿਲਕੁਲ ਇਸ ਵਾਰ ਤੁਸੀਂ ਤੁਹਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਕੋਈ ਸੰਬੰਧ ਨਹੀਂ ਜੀ ਦੂਰ ਦੂਰ ਤੱਕ ਮੇਰਾ ਕੋਈ ਸੰਬੰਧ ਨਹੀਂ ਜੀ ਹੈਗਾ ਕਿਉਂਕਿ ਪਹਿਲੇ ਤੁਸੀਂ ਸੱਜੀ ਬਾਹ ਦੇ ਦੌਰ ਤੇ ਉਹਦੀ ਜਾਣੇ ਜਾਂਦੇ ਸੀ ਲੇਕਿਨ ਅੱਜ ਹੁਣ ਤੁਸੀਂ ਕਹਿ ਰਹੇ ਹੋ ਸਾਢੇ 1 ਸਾਲ ਤੋਂ ਮੇਰਾ ਉਹਦੇ ਨਾਲ ਉਹ ਸਾਡੇ ਆਪਣੇ ਮਨ ਮਟਾਵ ਤੇ ਜੀ ਆਪਾਂ ਨਹੀਂ ਜੀਉਣਾ ਨਾਲ ਹੋਣਾ ਸੀ ਅੱਗੇ ਵੀ ਨਹੀਂ ਹੈ ਜੀ ਉਹਨਾਂ ਨਾਲ ਤੇ ਅਸੀਂ ਆਪਣਾ ਵਜੂਦ ਹੈਗਾ ਜੀ ਅਸੀਂ ਆਪਣੀ ਸੇਵਾ ਕਰਨ ਦਾ ਮੌਕਾ ਚਾਹੁੰਦੇ ਜੀ ਅਸੀਂ ਬਾੜ ਦੇ ਸੇਵਾਦਾਰ ਬਣਨਾ ਜੀ ਮੁਲਾਜ਼ਮ ਨਹੀਂ ਬਣਨਾ ਜੀ ਕੋਈ ਬਿਲਕੁਲ ਹਾਂਜੀ ਸੋ ਬੜੀ ਵਧੀਆ ਗੱਲ ਹੈ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕੁਝ ਦੱਸਣਾ ਚਾਹੁੰਦੇ ਹੋ ਇੱਕ ਨਵੀਂ ਜਿਹੜੀ ਲਹਿਰ ਹੈ ਯੂਥ ਦੇ ਤੌਰ ਤੇ ਤੁਸੀਂ ਅੱਗੇ ਆ ਕੇ ਉਹਦੇ ਕਮੇਟੀ ਦੇ ਵਿੱਚ ਲਿਆਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਆਪਣੇ ਵਾਰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਕੁਝ ਕਹਿਣਾ ਚਾਹੋਗੇ ਸੰਦੇਸ਼ ਐਸਡੀ ਟੀਵੀ ਦੇ ਥਰੂ ਕੀ ਕਹਿਣਾ ਚਾਹੋਗੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਇੱਕ ਵਾਰ ਮੈਨੂੰ ਸੇਵਾ ਦਾ ਮੌਕਾ ਦਿਓ ਜੀ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਵਾਰੀ ਮੈਨੂੰ ਬੋਲ ਦਿਓ ਮੈਂ ਆਪਣੇ ਵਾਰਡ ਦਾ ਪੂਰੇ ਆਨੰਦਪਸਾਹ ਨਾਲੋਂ ਵਧੀਆ ਮਾਹੌਲ ਵਧੀਆ ਕਰ ਦਿੱਤਾ ਜਾਊਗਾ ਜੀ ਆਣ ਜਾਂਦਾ ਜਿੱਥੇ ਵੀ ਹੈ ਦੇਖੂ ਦੀ ਵਧੀਆ ਕਰ ਦੇ ਦੇਖੂ ਦੀ ਵਧੀਆ ਕਰ ਦਿੱਤੀ ਜਾਊਗੀ ਜੀ ਮੇਰਾ ਕੱਲਾ ਸੀਸਗੰਜ ਤੋਂ ਕੇਸਗੜ੍ਹ ਸਾਹਿਬ ਦਾ ਰਸਤੇ ਦੀ ਨਹੀਂ ਗੱਲ ਕਰਦਾ ਜੀ ਕੇਸਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਬਾੜ ਨੰਬਰ 4 ਚ ਹੈ ਜੀ ਸੀਸਗੰਜ ਸਾਹਿਬ ਵੀ ਜੀ ਅੱਧੇ ਕੇ ਸਾਡੇ ਚ 4-4 ਜਾਂਦਾ ਉਹ ਜਿਹੜੀ ਗਲੀ ਆ ਪੂਰੇ 4 ਨੰਬਰ ਬਾੜ ਉਹ ਪੂਰੀ ਬਾੜ ਨੰਬਰ 4 ਚਾਂਦੀ ਜੀ ਇਹ ਸਿਰਫ ਇਹਦੀ ਗੱਲ ਹੀ ਮੈਂ ਕਰਦਾ ਮੈਂ ਪੂਰੇ ਬਾੜ ਨੰਬਰ 4 ਦੀ ਗੱਲ ਕਰਦਾ ਜੀ ਮੈਂ ਇਹਦੀ ਦੇਖਣ ਨਹੀਂ ਵਧੀਆ ਬਣਾ ਦਿੱਤੀ ਜਾਊਗੀ ਜੀ ਸਾਰੇ ਅਗਲੀ ਵਾਰ ਨੂੰ ਮੈਂ ਨਹੀਂ ਕਹੂੰਗਾ ਜੀ ਮੈਂ ਖੜਨਾ ਆਈ ਮੈਂ ਬੋਟਾ ਨੂੰ ਖੰਡ ਆਪਕੋਗੇ ਤੁਸੀਂ ਆਓ ਜੀ ਖੜੋ ਆਕੇ ਮੈਂ ਸੇਵਾ ਦਾ ਮੌਕਾ ਚਾਹੁੰਦਾ ਜੀ ਬਾੜਵਾਸੀਆਂ ਤੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਨੂੰ ਇੱਕ ਵਾਰ ਸੇਵਾ ਦਾ ਮੌਕਾ ਦਿੱਤਾ ਜਾਵੇ ਸਾਰੇ ਜੀ ਹਾਂਜੀ ਮੈਂ ਆਪਣੇ ਬਾੜਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਮੇਰੇ ਬਾੜਵਾਸੀਆਂ ਨੂੰ ਬਹੁਤ ਧਮਕੀਆਂ ਆ ਰਹੀਆਂ ਜੀ ਮੈਨੂੰ ਖੁਦ ਨੂੰ ਵੀ ਮਿਲ ਰਹੀਆਂ ਕਿ ਤੈਨੂੰ ਮੈਂ ਜਿੱਤਣ ਨਹੀਂ ਦੇਣਾ ਅਸੀਂ ਅਸੀਂ ਇੱਥਾ ਪੈਸੇ ਲਾਦਣੇ ਉੱਥੇ ਪੈਸੇ ਲਾਦਣੇ ਚਲੋ ਉਹ ਗੱਲ ਦੂਰ ਹੈ ਪਰ ਮੈਂ ਆਪਣੇ ਬਾੜਵਾਸੀਆਂ ਨਾਲ ਕਦੇ ਵੀ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਮੈਂ ਸਭ ਤੋਂ ਮੋਹਰੇ ਖੜੂੰਗਾ ਜੀ ਆਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਜਿੱਥੇ ਵਾਰਡ ਵਾਸੀਆਂ ਦਾ ਕਹਿੰਦੇ ਨੇ ਪਸੀਨਾ ਡੁੱਲੂਗਾ ਉੱਥੇ ਮੈਂ ਆਪਣਾ ਖੂਨ ਡੋਲੂਗਾ ਇਹ ਕਹਿਣਾ ਹੈ ਦਵਿੰਦਰ ਸਿੰਘ ਹੋਰਾਂ ਦਾ ਇੱਕ ਗੱਲ ਮੈਂ ਇੱਥੇ ਹੋਰ ਆਪਣੀ ਕਹਿਣੀ ਚਾਹੁੰਦਾ ਹਾਂ ਸ਼ਹਿਰ ਵਾਸੀਆਂ ਨੂੰ ਕਿ ਇੱਥੇ ਇੱਕ ਵਧੀਆ ਐਂਬੂਲੈਂਸ ਵੱਡੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਲੈ ਕੇ ਦੇਣੀ ਸੇ ਕਮੇਟੀ ਵਿੱਚ ਜਾ ਕੇ ਆਪਾਂ ਮਤਾ ਪਾਵਾਂਗੇ ਗੱਲ ਕਰਾਂਗੇ ਜੀ ਤੇ ਦੂਜੇ ਨੰਬਰ ਤੇ ਸ਼ਾਬਾਹਾਂ ਇੱਥੇ ਨਹੀਂ ਹੈ ਉਹ ਵੀ ਅਸੀਂ ਜ਼ਰੂਰੀ ਮੰਗ ਕਰਦੇ ਆ ਉਹ ਵੀ ਲੈ ਕੇ ਆਵਾਂਗੇ ਤੇ ਤੀਜੇ ਨੰਬਰ ਤੇ ਫਾਰਮ ਗੇਟ ਦੀ ਗੱਡੀ ਜਿਹੜੀ ਕਿ ਪਿਛਲੇ ਸਮੇਂ ਦੌਰਾਨ ਇੱਥੇ ਅੱਗ ਲੱਗੀ ਉਹ ਦੁਕਾਨਾਂ ਜਲਣ ਤੋਂ ਕੁਝ ਬਚ ਸਕਦੀਆਂ ਸੀ ਅੱਗ ਤੋਂ ਜੇ ਇੱਥੇ ਫਾਰਮ ਗੇਟ ਦੀ ਗੱਡੀ ਹੁੰਦੀ ਉਹ ਨਹੀਂ ਹੈ ਜੀ ਦੋ ਤਿੰਨ ਵਾਰੀ ਇਹਦੇ ਬਾਰੇ ਵਿੱਚ ਕਹਿ ਕੇ ਵੀ ਗਏ ਸਾਡੇ ਮੰਤਰੀ ਸਾਹਿਬ ਪਰ ਉੱਥੇ ਨਹੀਂ ਆਈ ਇਹ ਗੱਡੀ ਅਸੀਂ ਕਮੇਟੀ ਜਾ ਕੇ ਸਾਰੇ ਐਮਸੀਆਂ ਨਾਲ ਲੈ ਕੇ ਮਤਾ ਪਾ ਕੇ ਆਪਾਂ ਸਰਕਾਰ ਤੋਂ ਮੰਗ ਕਰਾਂਗੇ ਕਿ ਇੱਥੇ ਅਸੀਂ ਇਹ ਚੀਜ਼ਾਂ ਲਿਆ ਕੇ ਦੇਈਏ ਸੋ ਦੋਸਤੋ ਇਹ ਦਵਿੰਦਰ ਸਿੰਘ ਵਾਰਡ ਨੰਬਰ 4 ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਦੇਖਣਾ ਤੁਸੀਂ ਹੈ ਵੀ ਇਹ ਕਿਸ ਤਰ੍ਹਾਂ ਦੇ ਨੇ ਕੀ ਕਰਦੇ ਨੇ ਕੀ ਨਹੀਂ ਐਸਡੀ ਟੀਵੀ ਨੇ ਇਹਨਾਂ ਦਾ ਜੋ ਵਿਚਾਰ ਸੀ ਮਨ ਵਿਚਾਰ ਸੀ ਤੁਹਾਡੇ ਸਾਹਮਣੇ ਰੱਖਿਆ ਤੇ ਵਿਚਾਰ ਚੰਗੇ ਲੱਗਦੇ ਹੋਏ ਤਾਂ ਜਰੂਰ ਇਹਨਾਂ ਦਾ ਜੋ ਵੀ ਚੋਣ ਨਿਸ਼ਾਨ ਹੋਏਗਾ 5 ਤਰੀਕ ਨੂੰ ਉਹਨਾਂ ਨੂੰ ਮਿਲ ਜਾਏਗਾ ਉਹ ਵਾਲਾ ਬਟਨ ਦਬਾ ਦੇਣਾ ਜਾਂ ਉਹਦੇ ਉੱਤੇ ਮੋਰ ਲਗਾ ਦੇਣਾ ਫਿਲਹਾਲ ਦਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹਾਂ ਧੰਨਵਾਦ ਹੁਣ ਲੈਨੇ ਆ ਗਿਆ ਸਤਿ ਸ਼੍ਰੀ ਅਕਾਲ